ਉਸ਼ੋਦੇ ਲੈਕਚਰ ਅਸਲ ਚ ਫਿਰਕਾ ਮੂਰਤੀ ਪੂਜਾ ਤੋਂ ਬਚ ਨਹੀਂ ਸਕਦਾ ਸਿਰਫ ਧਰਮ ਬਚ ਸਕਦਾ ਕਿਉਂਕਿ ਫਿਰਕੇ ਦੇ ਕੋਲ ਸੱਚ ਨਹੀਂ ਹੁੰਦਾ ਸਿਰਫ ਨਕਸ਼ੇ ਹੁੰਦੇ ਹਨ ਨਕਸ਼ੇ ਯਾਨੀ ਮੂਰਤੀਆਂ ਫਿਰ ਨਕਸ਼ਾ ਤੁਸੀਂ ਕਿਹੋ ਜਿਹਾ ਬਣਾਉਂਦੇ ਹੋ ਇਹ ਤੁਹਾਡੇ ਤੇ ਨਿਰਭਰ ਹੈ ਕਿਹੋ ਜਿਹਾ ਰੰਗ ਭਰਦੇ ਹੋ ਇਹ ਤੁਹਾਡੇ ਤੇ ਨਿਰਭਰ ਹੈ 300 ਧਰਮ ਹਨ ਧਰਤੀ ਉੱਤੇ ਇਹਨਾਂ 300 ਚ ਘੱਟ ਤੋਂ ਘੱਟ 3000 ਫਿਰਕੇ ਹਨ ਕਿਉਂਕਿ ਇੱਕ ਇੱਕ ਧਰਮ ਦੇ ਕਈ ਕਈ ਫਿਰਕੇ ਹਨ ਕਦੇ ਕੋਈ ਵੀ ਨਹੀਂ ਸੋਚਦਾ ਕਿ ਸੱਚ ਤਾਂ ਇੱਕ ਹੋਏਗਾ 300 ਸੱਚ ਕਿਵੇਂ ਹੋ ਸਕਦੇ ਆ ਪਰਮਾਤਮਾ ਇੱਕ ਹੋਏਗਾ 300 ਕਿਵੇਂ ਪਰਮਾਤਮਾ ਹੋ ਸਕਦੇ ਆ ਕਿਰੋਣਾ ਪਰਮਾਤਮਾ ਨੂੰ ਮੰਨਣ ਵਾਲੇ ਵੀ ਬੜੀਆਂ ਛੋਟੀਆਂ ਛੋਟੀਆਂ ਗੱਲਾਂ ਤੇ ਝਗੜਦੇ ਰਹੇ ਉਹਨਾਂ ਛੋਟੀਆਂ ਛੋਟੀਆਂ ਗੱਲਾਂ ਤੇ ਝਗੜਦੇ ਉਹਨਾਂ ਪਿੱਛੇ ਜੀਵਨ ਦੀ ਆਹੁੱਤੀ ਚੜਾਈ ਜਾਂਦੀ ਹੈ ਆਦਮੀ ਨੂੰ ਸੱਚ ਨਾਲ ਕੋਈ ਸਰੋਕਾਰ ਨਹੀਂ ਆਦਮੀ ਨੂੰ ਆਪਣੇ ਮਤ ਨਾਲ ਮਤਲਬ ਹੈ ਤੇ ਅਗਿਆਨੀ ਦੇ ਮਤ ਵਿੱਚ ਕਿੰਨੀ ਸੱਚਾਈ ਹੋ ਸਕਦੀ ਹੈ ਅਫਵਾਹ ਤੋਂ ਜ਼ਿਆਦਾ ਨਹੀਂ ਤੁਸੀਂ ਮਹਾਵੀਰ ਦੇ ਸੰਬੰਧ ਵਿੱਚ ਸੁਣਿਆ ਤੁਸੀਂ ਬੁੱਧ ਦੇ ਸੰਬੰਧ ਚ ਅਫਵਾਹਾਂ ਸੁਣੀਆਂ ਉਹਨਾਂ ਹੀ ਅਫਵਾਹਾਂ ਉੱਤੇ ਤੁਹਾਡੇ ਸਾਰੇ ਸ਼ਾਸਤਰ ਉਸਰੇ ਹਨ ਇਸੇ ਲਈ ਤਾਂ ਸ਼ਾਸਤਰ ਬੜੇ ਅਸੰਗਤ ਜਾਣ ਪੈਂਦੇ ਹਨ ਜਦ ਵੀ ਕੋਈ ਜ਼ਰਾ ਸੋਚ ਵਿਚਾਰ ਕਰੇਗਾ ਉਹਨੂੰ ਬੜੀ ਕਠਿਨਾਈ ਹੁੰਦੀ ਹੈ ਕਿਉਂਕਿ ਉਹਨਾਂ ਚ ਇੰਨੀਆਂ ਅਸੰਗਤੀਆਂ ਹਨ ਜੋ ਸਿਰਫ افਵਾਹਾਂ ਜੀ ਹੋ ਸਕਦੀਆਂ ਹਨ ਉਹਨਾਂ ਚ ਇਹਨੇ ਪ੍ਰਸਪਰ ਵਿਰੋਧ ਹਨ ਇੱਕ ਦੂਜੀ ਨੂੰ ਖੰਡਨ ਕਰਨ ਵਾਲੀਆਂ ਧਾਰਨਾਵਾਂ ਹਨ ਜੋ ਕਿ افਵਾਹਾਂ ਵਿੱਚ ਹੀ ਹੋ ਸਕਦੀਆਂ ਤੇ ਉਹਨਾਂ ਚ ਇਹਨੇ ਮੂੜਤਾ ਪੂਰਨ ਵਿਚਾਰ ਹਨ ਜਿਨ੍ਹਾਂ ਤੋਂ ਕੋਈ ਵੀ ਵਿਅਕਤੀ ਜਿਸ 'ਚ ਥੋੜੀ ਵੀ ਸਮਝ ਆਏ ਇਨਕਾਰ ਕਰੇਗਾ ਲੇਕਿਨ ਧਰਮ ਦੇ ਨਾਂ ਤੇ ਅਸੀਂ ਸਾਰਾ ਜ਼ਹਿਰ ਪੀਣ ਨੂੰ ਰਾਜ਼ੀ ਹੋ ਜਾਂਦੇ ਹਾਂ ਤੁਸੀਂ ਪੜੋ ਹਿੰਦੂਆਂ ਦੇ ਪੁਰਾਣ ਤੁਸੀਂ ਉਹਨਾਂ ਦੇ ਤੋਂ ਜ਼ਿਆਦਾ ਵੱਡੀਆਂ افਵਾਹਾਂ ਤੇ ਗੱਪਾਂ ਨਹੀਂ ਬਣਾ ਸਕਦੇ ਉਥੇ ਬੰਦਰ ਸਮੁੰਦਰ ਛਲਾਂਗ ਜਾਂਦੇ ਹਨ ਉਥੇ ਕਾਮਵਰ ਸੋਏ ਦੇਵੀ ਦੇਵਤਿਆਂ ਦਾ ਵੀਰਜ ਮੱਛੀਆਂ ਦੇ ਮੂੰਹ 'ਚ ਪੈ ਜਾਂਦਾ ਹੈ ਤੇ ॠषि मुਨੀਆਂ ਦਾ ਜਨਮ ਹੋ ਜਾਂਦਾ ਹੈ ਉਥੇ ਤੁਸੀਂ ਜੋ ਵੀ ਦੇਖੋਗੇ ਉਹ ਜਿਹਾ ਲੱਗੇਗਾ ਕਿ ਕੋਈ ਭੈੜਾ ਸੁਪਨਾ ਹੈ ਕੋਈ ਸੱਚ ਨਹੀਂ ਉਥੇ ਤੁਸੀਂ ਸ੍ਰੇਸ਼ਟ ਤੋਂ ਸ੍ਰੇਸ਼ਟ ਮਹਾਪੁਰਸ਼ਾਂ ਨੂੰ ਵੀ ਨੀਵੀਆਂ ਤੋਂ ਨੀਵੀਆਂ ਗੱਲਾਂ 'ਚ ਉਲਝੇ ਹੋਏ ਦੇਖੋਗੇ ਲੇਕਿਨ ਤੁਸੀਂ ਕਦੇ ਸ਼ੱਕ ਨਹੀਂ ਉਠਾਓਗੇ ਕਿਉਂਕਿ ਹਮੇਸ਼ਾ ਤੋਂ ਇਹ ਸਿਖਾਇਆ ਗਿਆ ਹੈ ਭਗਤ ਕਦੇ ਸ਼ੱਕ ਨਾ ਉਠਾਵੇ ਅੱਖਾਂ ਬੰਦ ਕਰੀ ਰੱਖੇ ਤੱਥਾਂ ਨੂੰ ਸੁਣਾਵੇ ਅੱਖਾਂ ਦੇ ਭਰੋਸਾ ਨਾ ਕਰੇ ਕੰਨ ਤੇ ਭਰੋਸਾ ਕਰੇ ਜੋ ਵੀ ਕਿਹਾ ਜਾਵੇ ਉਹ ਮੰਨ ਲਵੇ ਇੱਥੇ ਤੁਹਾਨੂੰ ਇੱਕ ਗੱਲ ਮੈਂ ਚਾਹਾਂਗਾ ਸ਼ਰਦਾ ਬੜੀ ਮੁੱਲਵਾਨ ਹੈ ਉਸ ਜਿਹਹਾ ਮੁੱਲਵਾਨ ਕੁਝ ਵੀ ਨਹੀਂ ਲੇਕਿਨ ਸ਼ਰਦਾ ਦਾ ਅਰਥ ਤੇ ਸ਼ਰਦਾ ਦੀ ਨਾਜ਼ੁਕੀ ਨੂੰ ਸਮਝਣਾ ਜ਼ਰੂਰੀ ਹੈ ਬਹੁਤ ਡੈਲੀਕੇਟ ਹੈ ਅਤ ਨਾਜ਼ੁਕ ਹੈ ਤੇ ਜਿਹੜਾ ਬਹੁਤ ਕੁਸ਼ਲਤਾ ਨਾਲ ਸੰਭੇਗਾ ਉਹੀ ਸੰਭ ਸਕਦਾ ਹੈ ਸ਼ਰਦਾ ਦਾ ਅਰਥ ਸ਼ੱਕ ਦਾ ਨਾਂ ਉਠਾਣਾ ਨਹੀਂ ਹੈ ਸ਼ਰਦਾ ਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਸ਼ੱਕ ਹੀ ਨਾ ਉਠਾਓ ਸ਼ਰਦਾ ਦਾ ਇਹ ਵੀ ਅਰਥ ਨਹੀਂ ਹੈ ਕਿ ਤੁਹਾਡੀ ਬੁੱਧੀ ਤੇ ਸਮਝ ਦੇ ਜੋ ਬਿਲਕੁਲ ਖਿਲਾਫ ਜਾਂਦਾ ਹੋਵੇ ਉਹਨੂੰ ਵੀ ਤੁਸੀਂ ਮੰਨੀ ਤੁਰੇ ਜਾਓ ਸ਼ਰਦਾ ਦਾ ਇਹ ਵੀ ਅਰਥ ਨਹੀਂ ਕਿ ਤੁਹਾਡੇ ਅਨੁਭਵ ਵਿੱਚ ਜੋ ਵੀ ਆਉਂਦਾ ਹੋਵੇ ਉਹਨੂੰ ਵੀ ਤੁਸੀਂ ਸਵੀਕਾਰ ਕਰਦੇ ਰਹੋ ਸ਼ਰਦਾ ਦਾ ਇਹ ਨਹੀਂ ਅਰਥ ਹੈ ਕਿ ਤੁਸੀਂ ਸਮਝ ਦੇ ਪਾਰ ਪੈਂਦਾ ਹੋਵੇ ਉਹਦੇ ਲਈ ਵੀ ਸਮਝ ਨੂੰ ਖੁੱਲੀ ਰੱਖੋ ਬੰਦ ਨਾ ਕਰੋ ਅੱਜ ਤੁਹਾਨੂੰ ਜੋ ਸਮਝ ਨਾ ਆਉਂਦਾ ਹੋਵੇ ਸਰਾਸਰ ਕਹੋ ਕਿ ਸਮਝ ਨਹੀਂ ਆਉਂਦਾ ਲੇਕਿਨ ਆਪਣੀ ਨਾ ਸਮਝੀ ਚ ਮਜਬੂਤ ਨਾ ਹੋ ਜਾਓ ਸ਼ਰਦਾ ਦਾ ਅਰਥ ਹੈ ਮੈਂ ਆਪਣੀ ਸਮਝ ਦਾ ਉਪਯੋਗ ਤਾਂ ਕਰਾਂਗਾ ਪਰ ਇੱਕ ਕਦੇ ਨਹੀਂ ਕਹਾਂਗਾ ਕਿ ਮੇਰੀ ਸਮਝ ਤੇ ਸੱਚ ਖਤਮ ਹੋ ਜਾਂਦਾ ਹੈ ਮੇਰੀ ਸਮਝ ਦੇ ਬਾਅਦ ਵੀ ਸੱਚ ਹੋਏਗਾ ਤੇ ਜਦ ਤੱਕ ਮੈਂ ਜਾਣ ਨਹੀਂ ਲਵਾਗਾ ਮੈਂ ਉਹਨੂੰ ਨਹੀਂ ਮੰਨਾਂਗਾ ਪਰ ਜਾਣਨ ਦੀ ਤਿਆਰੀ ਮੈਂ ਰੱਖਾਂਗਾ ਮੈਂ انکار ਨਹੀਂ ਕਰਾਂਗਾ ਕਿ ਜਾਣਨ ਦੀ ਮੈਂ ਤਿਆਰੀ ਵੀ ਨਹੀਂ ਰੱਖਦਾ ਮੈਂ ਆਪਣੇ ਮਨ ਨੂੰ ਬੰਦ ਨਹੀਂ ਕਰਾਂਗਾ ਖੁੱਲਾ ਰੱਖਾਂਗਾ ਮੇਰੇ ਦਵਾਰ ਖੁੱਲੇ ਰਹਿਣਗੇ ਜੇ ਅਣਜਾਣ ਸੱਚ ਮੇਰੇ ਦਵਾਰ ਤੇ ਦਸਤਕ ਦੇਗਾ ਮੇਰਾ ਮਹਿਮਾਨ ਬਣਨਾ ਚਾਹੇਗਾ ਤਾਂ ਮੈਂ ਉਹਦਾ ਮੇਜ਼ਬਾਨ ਬਣਨ ਨੂੰ ਰਾਜ਼ੀ ਹਾਂ ਮੈਂ ਇਹ ਨਹੀਂ ਕਹਾਂਗਾ ਕਿ ਤੂੰ ਅਣਜਾਣ ਹੈ ਇਸ ਲਈ ਤੈਨੂੰ ਠਹਿਰਨ ਨਹੀਂ ਦੇਵਾਂਗਾ ਤੂੰ ਨਾ ਵਕਾਫ ਹੈ ਇਸ ਲਈ ਇਸ ਘਰ 'ਚ ਤੂੰ ਨਹੀਂ ਠਹਿਰ ਸਕਦੀਂਗਾ ਮੈਂ ਬੰਦ ਨਹੀਂ ਹੋ ਜਾਵਾਂਗਾ ਮੈਂ ਖੁੱਲਾ ਰਹਿਾਂਗਾ ਸ਼ਰਦਾ ਇੱਕ ਖੁੱਲਾ ਪਾਣਾ ਇਹਦਾ ਇਹ ਅਰਥ ਨਹੀਂ ਕਿ ਤੁਸੀਂ ਸਵਾਲ ਨਹੀਂ ਉਠਾ ਸਕੋਗੇ ਤੁਸੀਂ ਸਵਾਲ ਉਠਾਓਗੇ ਤੁਸੀਂ ਵਧੂਗੇ ਕਿਵੇਂ ਲੇਕਿਨ ਸਵਾਲ ਵੀ ਸ਼ਰਦਾ ਲੋਹਿਰ ਦੇ ਨਾਲ ਉਠਾਏ ਜਾ ਸਕਦੇ ਆ ਇਹ ਨਜ਼ਾਕਤ ਹੈ ਤੁਸੀਂ ਸੋਚਦੇ ਹੋ ਸਵਾਲ ਤਾਂ ਦੇ ਉਠਾਏ ਜਾ ਸਕਦੇ ਆ ਜਦ ਅਸ਼ਰਦਾ ਹੋਵੇ ਸੱਚ ਤਾਂ ਇਹ ਹੈ ਅਸ਼ਰਦਾ ਹੋਵੇ ਤਾਂ ਸਵਾਲ ਉਠਾਣ ਦਾ ਸਵਾਲ ਹੀ ਨਹੀਂ ਰਹਿ ਜਾਂਦਾ ਤੁਸੀਂ ਨਿਰਣਾ ਤਾਂ ਪਹਿਲਾਂ ਹੀ ਕਰ ਲਿਆ ਇੱਕ ਦੁਸ਼ਮਣ ਵੀ ਪ੍ਰਸ਼ਨ ਪੁੱਛ ਸਕਦਾ ਹੈ ਇੱਕ ਸ਼ੇਸ਼ ਵੀ ਪ੍ਰਸ਼ਨ ਪੁੱਛ ਸਕਦਾ ਹੈ ਦੁਸ਼ਮਣ ਪੁੱਛਦਾ ਹੀ ਇਸ ਲਈ ਹੈ ਕਿ ਉਹਨੂੰ ਪੱਕਾ ਪਤਾ ਹੈ ਕਿ ਤੁਸੀਂ ਗਲਤ ਹੋ ਸ਼ੇਸ਼ ਪੁੱਛਦਾ ਹੈ ਇਸ ਲਈ ਕਿ ਉਹ ਜਾਣਨਾ ਚਾਹੁੰਦਾ ਹੈ ਦੁਸ਼ਮਣ ਵਿਵਾਦ ਲਈ ਪੁੱਛਦਾ ਹੈ ਸ਼ੇਸ਼ ਖੋਜ ਲਈ ਪੁੱਛਦਾ ਹੈ ਉਹਦੀ ਜਗਿਆਸਾ ਇੱਕ ਯਾਤਰਾ ਦਾ ਆਰੰਭ ਹੈ ਉਹ ਜਾਣਨਾ ਚਾਹੁੰਦਾ ਹੈ ਉਹਨੂੰ ਪਤਾ ਨਹੀਂ ਹੈ ਇਸ ਲਈ ਉਹ ਇਹ ਤਾਂ ਨਹੀਂ ਕਹੇਗਾ ਕਿ ਤੁਸੀਂ ਜੋ ਕਹਿ ਰਹੇ ਹੋ ਗਲਤ ਹੈ ਉਹ ਇੰਨਾ ਹੀ ਕਹੇਗਾ ਮੇਰੀ ਸਮਝ ਨਹੀਂ ਆਉਂਦਾ ਮੇਰੀ ਸਮਝ ਨੂੰ ਵਧਾਉਣ ਚ ਮਦਦ ਦਿਓ ਇਸ ਫਰਕ ਨੂੰ ਸਮਝ ਲਓ ਅਸ਼ਰਦਾਲੂ ਕਹੇਗਾ ਤੁਸੀਂ ਜੋ ਕਹਿੰਦੇ ਹੋ ਉਹ ਗਲਤ ਹੈ ਸ਼ਰਦਾਲੂ ਕਹੇਗਾ ਤੁਸੀਂ ਜੋ ਕਹਿੰਦੇ ਹੋ ਮੇਰੀ ਸਮਝ ਚ ਨਹੀਂ ਆਉਂਦਾ ਮੇਰੀ ਸਮਝ ਅਜੇ ਛੋਟੀ ਹੈ ਮੈਂ ਇਹਨੂੰ ਵੱਡੀ ਕਰਨ ਲਈ ਰਾਜ਼ੀ ਹਾਂ ਲੇਕਿਨ ਅਸ਼ਰਦਾਲੂ ਵੀ ਤਦ ਤੱਕ ਨਹੀਂ ਮੰਨ ਲਏਗਾ ਜਦ ਤੱਕ ਉਹਦੀ ਸਮਝ ਨਾ ਆ ਜਾਏ ਪਰ ਧਰਮ ਗੁਰੂਆਂ ਨੇ ਪੰਡਤਾਂ ਨੇ ਪ੍ਰੋਤਾ ਨੇ ਆਦਮੀ ਨੂੰ ਸ਼ਰਦਾ ਦੇ ਨਾਂ ਤੇ ਉਹ ਸਭ ਗੱਲਾਂ ਸਿਖਾ ਦਿੱਤੀਆਂ ਜਿਨ੍ਹਾਂ ਦਾ ਨਤੀਜਾ ਬੁੱਧੀਮਾਨੀ ਨਹੀਂ ਹੈ ਜਿਨ੍ਹਾਂ ਦਾ ਨਤੀਜਾ ਬੁੱਧੀ ਹੀਣਤਾ ਹੈ ਫਿਰ ਤੁਸੀਂ ਕਿੰਨੀਆਂ ਹੀ ਗੱਲਾਂ ਸਿੱਖ ਲਓ ਕਿੰਨੀ ਸ਼ਰਧਾ ਨਾਲ ਆਪਣੇ ਆਪ ਨੂੰ ਢੱਕ ਲਓ ਕਿੰਨੇ ਹੀ ਸ਼ਾਸਤਰ ਤੁਹਾਨੂੰ ਜ਼ਬਾਨੀ ਯਾਦ ਹੋ ਜਾਣ ਇਹਨਾਂ ਦੇ ਅੰਦਰ ਤਾਂ ਤੁਹਾਡਾ ਅਗਿਆਨ ਹੀ ਲੁਕਿਆ ਰਹੇਗਾ ਕਿਉਂਕਿ ਉਸੇ ਨੂੰ ਤੁਸੀਂ ਪਹਿਲੇ ਦਿਨ ਲਗੋਇਆ ਸੀ ਉਹ ਅੰਦਰ ਹੀ ਦੱਬਿਆ ਰਹੇਗਾ ਮੈਂ ਸੁਣਿਆ ਹੈ یوں ਹੋਇਆ ਇੱਕ ਸਮਰਾਟ ਦੇ ਘਰ ਇੱਕ ਬੇਟਾ ਪੈਦਾ ਹੋਇਆ ਇਕਲੌਤਾ ਬੇਟਾ ਸਮਰਾਟ ਦੀਆਂ ਬੜੀਆਂ ਆਸਾਂ ਸਨ ਉਸ ਤੇ ਤੇ ਜਿੱਥੇ ਬਹੁਤੀਆਂ ਆਸਾਂ ਹੁੰਦੀਆਂ ਉੱਥੇ ਨਿਰਾਸ਼ਾ ਹੱਥ ਆਉਂਦੀ ਹੈ ਬੇਟਾ ਸੀ ਤਾਂ ਸਰਬੰਗ ਸੁੰਦਰ ਨਰਵਾਸੀ ਪਰ ਬਿਲਕੁਲ ਬੁੱਧੂ ਸੀ ਸਾਰੇ ਸਾਮਰਾਜ ਨੂੰ ਉਹਦੇ ਹੱਥਾਂ 'ਚ ਸੌਂਪਣ ਦਾ ਸਵਾਲ ਸੀ ਸਮਰਾਟ ਬਹੁਤ ਫਿਕਰਮੰਦ ਹੋਇਆ ਉਹਨੇ ਮਿੱਤਰਾਂ ਤੋਂ ਪੁੱਛਿਆ ਸਲਾਹ ਮੰਗੀ ਬੁੱਧੀਮਾਨਾਂ ਤੋਂ ਪੁੱਛਿਆ ਉਹਨਾਂ ਨੇ ਕਿਹਾ ਇਹਨੂੰ ਇਓਂ ਕਰੋ ਭਾਰਤ ਭੇਜ ਦਿਓ ਕਹਾਣੀ ਚੀਨਦੀ ਹੈ ਇਹਨੂੰ ਕਾਸ਼ੀ ਭੇਜ ਦਿਓ ਕਿਉਂਕਿ ਕਾਸ਼ੀ ਉਹ ਨਹੀਂ ਦਿਨੀ ਕੇਂਦਰ ਸੀ ਗਿਆਨ ਦਾ ਉੱਥੋਂ ਇਹ ਗਿਆਨੀ ਹੋ ਕੇ ਵਾਪਸ ਮੁੜਾਏਗਾ ਸਮਰਾਟ ਨੇ بیٹے ਨੂੰ ਕਾਸ਼ੀ ਭੇਜ ਦਿੱਤਾ ਤੇ ਕਿਹਾ ਕਿ ਜਦ ਤੱਕ ਗਿਆਨੀ ਨਾ ਹੋ ਜਾਏ ਤਦ ਤੱਕ ਮੇਰੇ ਕੋਲ ਆਉਣ ਦਾ ਨਾ ਹੀ ਨਲੇ ਮਰ ਜਾਈਂ ਭਾਵੇਂ ਉੱਥੇ ਲੇਕਿਨ ਗਿਆਨ ਲਏ ਬਿਨਾ ਵਾਪਸ ਨਾ ਮੁੜੀ ਇਹ ਦਵਾਰ ਤੇਰੇ ਲਈ ਤਦ ਹੀ ਖੁੱਲੇਗਾ ਜਦ ਤੂੰ ਗਿਆਨੀ ਹੋ ਕੇ ਮੁੜਿਆ ਉਸ ਬੁੱਧੂ ਨੇ ਬੜੀ ਮਿਹਨਤ ਕੀਤੀ ਮਿਹਨਤ ਨਾਲ ਦੁਨੀਆ 'ਚ ਕੋਈ ਗਿਆਨ ਨਹੀਂ ਹੋ ਜਾਂਦਾ ਉਨੇ ਬੜੀ ਮਿਹਨਤ ਕੀਤੀ ਸਫਲਤਾ ਵੀ ਪਾਈ ਉਹ ਪੰਡਤ ਹੋ ਗਿਆ ਸਾਰੇ ਸ਼ਾਸਤਰ ਉਹਨੂੰ ਮੂੰਹ ਜਬਾਨੀ ਚਿੱਤੇ ਹੋ ਗਏ ਕਿਤੋਂ ਵੀ ਪੁੱਛੋ ਜਵਾਬ ਤਿਆਰ ਉਸ ਕੋਲ ਸਭ ਜਵਾਬ ਰੈਡੀमेड ਹੋ ਗਏ ਗਿਆਨੀ ਦੇ ਕੋਲ ਤਾਂ ਚੇਤਨਾ ਹੁੰਦੀ ਹੈ ਪੰਡਤ ਕੋਲ ਜਵਾਬ ਹੁੰਦੇ ਹੈ ਗਿਆਨੀ ਦੇ ਕੋਲ ਸੂਝ ਹੁੰਦੀ ਹੈ ਪੰਡਤ ਦੀ ਯਾਦਦਾਸ਼ਤ ਪਰਦੀ ਹੈ ਉਹਨੇ ਸਭ ਪ੍ਰੀਖਿਆਵਾਂ ਪਾਸ ਕਰ ਲਈਆਂ ਕਿਉਂਕਿ ਪ੍ਰੀਖਿਆਵਾਂ ਗਿਆਨ ਦੀਆਂ ਹੁੰਦੀਆਂ ਹੀ ਨਹੀਂ ਯਾਦਦਾਸ਼ਤ ਦੀਆਂ ਹੁੰਦੀਆਂ ਅਜੇ ਤੱਕ ਗਿਆਨ ਦੀ ਕੋਈ ਪ੍ਰੀਖਿਆ ਸੀ ਜਿਆਦਾ ਨਹੀਂ ਕਰ ਸਕੇ ਕਿੰਨੀ ਯਾਦਦਾਸ਼ਤ ਹੈ ਯਾਦਦਾਸ਼ਤ ਬੁੱਧੂਆਂ ਦੇ ਕੋਲ ਜ਼ਿਆਦਾ ਹੋ ਸਕਦੀ ਹੈ ਅਕਸਰ ਇਹ ਜਿਆ ਹੁੰਦਾ ਹੈ ਕਿ ਬਹੁਤ ਬੁੱਧੀਮਾਨ ਆਦਮੀ ਬਹੁਤ ਸਾਰੀਆਂ ਗੱਲਾਂ ਯਾਦ ਨਹੀਂ ਰੱਖ ਪੰਦਾ ਬੁੱਧੂ ਬਹੁਤ ਸਾਰੀਆਂ ਗੱਲਾਂ ਯਾਦ ਰੱਖ ਲੈਂਦਾ ਕਿਉਂਕਿ ਉਹਦੇ ਲਈ ਬੁੱਧੀ ਦਾ ਕੋਈ ਉਪਯੋਗ ਨਹੀਂ ਹੈ ਬੁੱਧੀ ਤਾਂ ਇੱਕ ਖਾਲੀ ਗੋਸ਼ੇ ਦੀ ਤਰ੍ਹਾਂ ਹੈ ਜਿਸ 'ਤੇ ਚੀਜ਼ਾਂ ਪਰ ਦੇ ਜਾਓ ਬੁੱਧੀ ਦਾ ਜੀਵਨ 'ਚ ਤਾਂ ਕੋਈ ਪ੍ਰਯੋਗ ਹੈ ਨਹੀਂ ਸਿਰਫ ਚੀਜ਼ਾਂ ਉਸ 'ਤੇ ਪਰਦੇ ਜਾਂਦਾ ਵਾਹਦਪੀ ਉਪਯੋਗ ਹੈ। ਬੁੱਧੀ ਇੱਕ ਸੰਗ੍ਰਹਿ ਪਰਦਾ ਜਾਂਦਾ ਹੈ। 15-20 ਵਰਿਆਂ ਪਿਛੋਂ ਬੇਟੇ ਨੇ ਖਬਰ ਦਿੱਤੀ ਕਿ ਹੁਣ ਮੈਂ ਨਿਪੁੰਨ ਹੋ ਗਿਆ। ਤੇ ਜੋ ਵੀ ਜਾਣਨ ਯੋਗ ਸੀ ਇੱਥੇ ਸਭ ਮੈਂ ਜਾਣ ਲਿਆ। ਸਾਰੀਆਂ ਪ੍ਰੀਖਿਆਵਾਂ ਪਾਸ ਕਰ ਲਈਆਂ। ਹੁਣ ਮੈਨੂੰ ਘਰ ਸੱਦ ਲਿਆ ਜਾਏ। ਬੜੇ ਸਨਮਾਨ ਨਾਲ ਸਮਰਾਟ ਨੇ ਉਹਨੂੰ ਘਰ ਵਾਪਸ ਬੁਲਾਇਆ। ਉਦੇ ਸਵਾਗਤ 'ਚ ਬੜਾ ਸਵਾਗਤ ਸਮਾਰੋਹ ਪੋਜ ਕੀਤਾ। ਰਾਜ ਦੇ ਸਾਰੇ ਬੁੱਧੀਮਾਨ ਲੋਕਾਂ ਨੂੰ ਬੁਲਾਇਆ ਤਾਂ ਜੋ ਉਹ ਵੀ ਦੇਖ ਲੈਣ ਕਿ ਬੇਟਾ ਹੁਣ ਬੁੱਧੀਮਾਨ ਹੋ ਗਿਆ ਹੈ। ਸਮਰਾਟ ਦਾ ਜੋ ਵੱਡਾ ਵਜ਼ੀਰ ਸੀ ਉਹ ਭੋਜ ਵਿੱਚ ਰਾਜਕੁਮਾਰ ਦੇ ਕੋਲ ਹੀ ਬੈਠਾ ਸੀ। ਉਹਨੇ ਪੁੱਛਿਆ ਕਿ ਸਿਰਫ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਕੀ ਕੀ ਸਿੱਖਿਆ? ਉਸ ਲੜਕੇ ਨੇ ਕਿਹਾ ਜੋ ਵੀ ਸਿੱਖਿਆ ਜਾ ਸਕਦਾ ਸੀ ਸਭ ਸਿੱਖ ਲਿਆ। ਜੋਤਿਸ਼ ਮੈਂ ਜਾਣਦਾ, ਅੰਕ ਸ਼ਾਸਤਰ ਮੈਂ ਜਾਣਦਾ, ਹਸਤ ਰੇਖਾ ਵਿਗਿਆਨ ਮੈਂ ਜਾਣਦਾ, ਵਿਆਕਰਣ, ਗਣਿਤ, ਤਰਕ, ਭੂਗੋਲ, ਇਤਿਹਾਸ ਸਭ ਮੈਂ ਜਾਣਦਾ। ਇਹੀ ਨੇ ਮੈਂ ਪ੍ਰਾਵਿਗਿਆਨ ਦੀਆਂ ਵਿਵਿਧੀਆਂ ਸਿੱਖੀਆਂ ਜੇ ਤੁਸੀਂ ਕੋਈ ਚੀਜ਼ ਲੁਕੋ ਦਿਓ ਤਾਂ ਮੈਂ ਦੱਸ ਸਕਦਾ ਕਿ ਉਹ ਚੀਜ਼ ਕਿੱਥੇ ਲੁਕੀ ਹੈ ਕਿਹੋ ਜਿਹੀ ਹੈ ਵਜ਼ੀਰ ਹੈਰਾਨ ਹੋਇਆ ਉਹਨੇ ਟੇਬਲ ਦੇ ਹੇਠਾਂ ਕਰਕੇ ਆਪਣੇ ਹੱਥ ਦੀ ਅੰਗੂਠੀ ਲਾ ਕੇ ਮੁਠੀ 'ਚ ਲੈ ਲਈ ਕਿਹਾ ਤਾਂ ਫਿਰ ਦੱਸ ਮੇਰੀ ਮੁਠੀ 'ਚ ਕੀ ਲੁਕਿਆ ਹੈ ਉਸ ਲੜਕੇ ਨੇ ਅੱਖਾਂ ਬੰਦ ਕੀਤੀਆਂ ਤੇ ਕਿਹਾ ਕਿ ਮੇਰੇ ਸ਼ਾਸਤਰ ਦੇ ਅਨੁਸਾਰ ਇੱਕ ਗੋਲ ਘੇਰੇਦਾਰ ਵਸਤੂ ਤੇਰੇ ਹੱਥ ਹੈ ਜਿਦੇ ਵਿੱਚਕਾਰ ਇੱਕ ਛੇਕ ਹੈ ਇਹ ਜੀਰ ਵੀ ਬੜਾ ਚੰਬਤ ਹੋਇਆ ਉਹਨੇ ਕਿਹਾ ਹੈਰਾਨ ਕਰ ਦਿੱਤਾ ਤੂ ਮੈਨੂੰ ਕਿ ਤੂੰ ਉਹਦਾ ਨਾਂ ਵੀ ਦੱਸਣ ਦੀ ਕਿਰਪਾ ਕਰੇਂਗਾ ਉਸ ਯੁਵਕ ਨੇ ਕਿਹਾ ਨਾਂ ਦੱਸਣ ਦਾ ਕੋਈ ਵਿਧਾਨ ਸ਼ਾਸਤਰ ਚ ਨਹੀਂ ਹੈ ਲੱੱਣ ਦਾ ਸਕਦਾ ਨਾਂ ਦੱਸਣ ਦਾ ਕੋਈ ਵਿਧਾਨ ਨਹੀਂ ਹੈ ਪਰ ਆਪਣੀ ਆਮ ਬੁੱਧੀ ਨਾਲ ਨਾਂ ਵੀ ਦੱਸ ਸਕਦਾ ਫਿਰ ਅੱਖਾਂ ਬੰਦ ਕੀਤੀ ਉਹਨੇ ਕਿਹਾ ਹੋਵੇ ਨਾ ਹੋਵੇ ਰੱਥ ਦਾ ਪਹੀਆ ਤੇਰੇ ਹੱਥ ਹੈ ਸ਼ਾਸਤਰ ਸ਼ਬਦ ਦੇ ਸਕਦਾ ਹੈ ਸਮਝ ਨਹੀਂ ਸ਼ਾਸਤਰ ਗਿਆਨ ਦੇ ਸਕਦਾ ਹੈ ਉਹ ਕੋਰਾ ਕੋਰਾ ਹੋਏਗਾ ਉੱਪਰ ਉੱਪਰ ਹੋਏਗਾ ਸੂਝ ਨਹੀਂ ਦੇ ਸਕਦਾ ਅੰਦਰ ਦੀ ਜਗ ਦੀ ਜੋਤ ਉਦਾਰੀ ਨਹੀਂ ਮਿਲਦੀ ਇਸੇ ਲਈ ਪਰੰਪਰਾ ਦਾ ਇੰਨਾ ਮੁੱਲ ਹੈ ਕਿਉਂਕਿ ਉਸ ਤੋਂ ਸਸਤੀ ਸਮਝਦਾਰੀ ਤੁਸੀਂ ਕਿੱਥੇ ਪਾਓਗੇ ਮੁਫਤ ਮਿਲ ਰਹੀ ਹੈ بس ਮਨ ਲੈਣ ਪਰ ਦੀ ਸ਼ਰਤ ਹੈ ਤੁਸੀਂ ਗਿਆਨੀ ਹੋ ਜਾਂਦੇ ਹੋ ਤੇ ਹਰ ਆਦਮੀ ਗਿਆਨੀ ਹੋਣਾ ਚਾਹੁੰਦਾ ਹੈ ਇਸ ਲਈ ਹਰ ਆਦਮੀ ਸ਼ਰਧਾ ਦੇ ਲਈ ਰਾਜ਼ੀ ਹੋ ਜਾਂਦਾ ਹੈ That what?